ਦਸਵੀਂ ਦੇ ਇਮਤਿਹਾਨ ਵਿੱਚ ਹਾਲੇ 3 ਮਹੀਨੇ ਬਾਕੀ ਸਨ ਪਰ ਚਰਨ ਫਸਟ ਡਿਵੀਜ਼ਨ ਵਿੱਚ ਪਾਸ ਹੋਣ ਲਈ ਕੜੀ ਮਿਹਨਤ ਕਰ ਰਿਹਾ ਸੀ। ਉਸ ਨੂੰ ਪੱਕੀ ਆਸ ਸੀ ਕਿ ਜਗੀਰਦਾਰ ਨਰਿੰਦਰਪਾਲ ਸਿੰਘ ਆਪਣੇ ਵਾਅਦੇ ਅਨੁਸਾਰ ਪੁਲਿਸ ਵਿੱਚ ਹਵਲਦਾਰ ਭਰਤੀ ਕਰਵਾ ਦੇਵੇਗਾ। ਇਸੇ ਕਾਰਨ ਉਹ ਜਗੀਰਦਾਰ ਦੇ ਲੜਕੇ ਜੋਗਿੰਦਰਪਾਲ ਨੂੰ ਆਪਣੇ ਨਾਲ ਪੜ੍ਹਾ ਰਿਹਾ ਸੀ। ਪਾਲ ਦਾ ਪੜ੍ਹਨ ਵਿੱਚ ਉਕਾ ਹੀ ਮਨ ਨਹੀਂ ਲੱਗਦਾ ਸੀ, ਸਗੋਂ ਉਹ ਉਲਟਾ ਚਰਨ ਨੂੰ ਸ਼ਿਕਾਰ ਖਿੱਚ ਤੁਰਦਾ। ਚਰਨ ਹੋਣਹਾਰ ਹੋਣ ਦੇ ਨਾਲ ਨਾਲ ਥੋੜ੍ਹਾ ਜਜ਼ਬਾਤੀ ਵੀ ਸੀ। ਉਹ ਆਪਣੇ ਆਪ ਨੂੰ ਸਦਾ ਪ੍ਰਸੰਨ ਅਤੇ ਹੌਲਾ ਫੁੱਲ ਮਹਿਸੂਸ ਕਰਦਾ। ਉਸਦੀਆਂ ਮਾਨਸਿਕ ਰੁਚੀਆਂ ਧਰਤੀ ਤੋਂ ਉੱਠ ਕੇ ਬ੍ਰਿਛਾਂ ਦੀਆਂ ਟੀਸੀਆਂ, ਹਵੇਲੀਆਂ ਦੇ ਕਿੰਗਰਿਆਂ ਅਤੇ ਆਸਮਾਨ ਦੇ ਤਾਰਿਆਂ ਨਾਲ ਕੁਤਕੁਤਾਰੀਆਂ ਕਰਦੀਆਂ ਰਹਿੰਦੀਆਂ। ਭਰੀ ਸਿਹਤ ਨਾਲ ਜਦੋਂ ਗਰਾਊਂਡ ਵਿੱਚ ਖੇਡਦਾ, ਹਾਣੀਆਂ ਨੂੰ ਖੜਿਆਂ ਖੜੋਤਿਆਂ ਛੱਡ ਜਾਂਦਾ। ਉਸਦੀ ਤੱਕਣੀ ਵਿੱਚ ਕੁਦਰਤੀ ਇਹ ਸਿਫਤ ਸੀ, ਜਿਸ ਨੂੰ ਵੀ ਵੇਖਦਾ ਉਹ ਹਸੀਨ ਹੋ ਜਾਂਦਾ ਅਤੇ ਵੇਖਣ ਵਾਲੇ ਦੇ ਦਿਲ ਜ਼ਿੰਦਗੀ ਦਾ ਅਹਿਸਾਸ ਜਾਗ ਪੈਂਦਾ। ਗੁਰਪੁਰਬ ਦੇ ਮੌਕੇ ਉਸਦੀ ਕਵਿਤਾ ਦੇ ਮਿੱਠੇ ਬੋਲ ਸਰੋਤਿਆਂ ਦੇ ਦਿਲ ਨੂੰ ਅੰਦਰੋਂ ਬਾਹਰੋਂ ਝੂਮਣ ਲਾ ਦਿੰਦੇ। ਚਰਨ ਯੋਧਪੁਰ ਹਾਈ ਸਕੂਲ ਦੀ ਜਿੰਦ ਜਾਨ ਸੀ ਅਤੇ ਪਿੰਡ ਦੇ ਮੁੱਛ ਫੁੱਟਦੇ ਗੱਭਰੂਆਂ ਵਿੱਚ ਉਸਦੀ ਖਾਸ ਥਾਂ ਸੀ। ਸਾਰੇ ਸਕੂਲ ਵਿੱਚ ਉਹ ਆਪਣੇ ਦੋ ਹੀ ਮਿੱਤਰ ਸਮਝਦਾ ਸੀ, ਭਰਪੂਰ ਅਤੇ ਜੋਗਿੰਦਰਪਾਲ। ਪਾਲ ਉਸਨੂੰ ਮੌਜ ਮੇਲੇ ਲਈ ਵਰਤਦਾ, ਪਰ ਭਰਪੂਰ ਦੀ ਯਾਰੀ ਦੀ ਉਹ ਦਿਲੋਂ ਕਦਰ ਕਰਦਾ ਸੀ। ਭਰਪੂਰ ਨੇ ਉਸਨੂੰ ਕਦੇ ਗਲਤ ਰਾਏ ਨਹੀਂ ਦਿੱਤੀ ਸੀ। ਉਹ ਉਸਦੀ ਗਾਉਂਦੀ ਆਵਾਜ਼ 'ਤੇ ਬੁਰੀ ਤਰ੍ਹਾਂ ਮੋਹਿਤ ਸੀ। ਉਹਨਾਂ ਦੀ ਯਾਰੀ ਦੀ ਬੁਨਿਆਦ ਹੀ ਚਰਨ ਦੀ ਮਿੱਠੀ ਆਵਾਜ਼ ਸੀ। ਪਾਲ ਨੂੰ ਪੜ੍ਹਾਈ ਦੀ ਖਾਸ ਲੋੜ ਨਹੀਂ ਸੀ ਅਤੇ ਨਾ ਹੀ ਉਸ ਕਦੇ ਫਿਕਰ ਅਨੁਭਵ ਕੀਤਾ ਸੀ। ਉਹ ਪੜ੍ਹਾਈ ਨੂੰ ਇੱਕ ਫਜ਼ੂਲ ਸ਼ੁਗਲ ਸਮਝਦਾ, ਪਰ ਚਰਨ ਅਤੇ ਭਰਪੂਰ ਅੱਗੇ ਕੁਝ ਬਣਨ ਦਾ ਨਿਸ਼ਾਨਾ ਸੀ। ਖਾਸਕਰ ਚਰਨ ਆਪਣੇ ਪਿਤਾ ਦੀ ਲਹੂ ਪਸੀਨੇ ਦੀ ਕਮਾਈ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੁੰਦਾ ਸੀ। ਇਹਨਾਂ ਦਿਨਾਂ ਵਿੱਚ ਪਾਲ ਨੇ ਸ਼ਿਕਾਰ ਦੀ ਚੀਰ ਫਾੜ ਲਈ ਵੱਡੇ ਫਲ ਵਾਲਾ ਇੱਕ ਚਾਕੂ ਖਰੀਦਿਆ। ਸਕੂਲ ਟਾਈਮ ਤੋਂ ਪਹਿਲਾਂ ਬਟਨ ਦਬਾ ਕੇ ਫਲ ਬਾਹਰ ਕੱਢਦਿਆਂ ਉਸ ਚਰਨ ਨੂੰ ਆਖਿਆ, ਹੁਣ ਸ਼ਿਕਾਰ ਦਾ ਸਵਾਦ ਆਇਆ ਕਰੇਗਾ। ਉਸ ਚਾਕੂ ਨਾਲ ਵਾਹ ਨੂੰ ਚੀਰਿਆ ਅਤੇ ਮੁੜ ਚਾਕੂ ਡੈਸਕ ਵਿੱਚ ਗੱਡ ਦਿੱਤਾ। ਮੌਕਾ ਪੈਣ 'ਤੇ ਤੇਰੇ ਕੋਲੋਂ ਚਾਕੂ ਵੀ ਨਹੀਂ ਵਾਹਿਆ ਜਾਣਾ, ਚਰਨ ਨੇ ਸੁਭਾਵਕ ਹੀ ਕਿਹਾ। ਤੂੰ ਸਾਂਪ ਅਤੇ ਮਿਰਗ ਦੀਆਂ ਆਂਦਰਾਂ ਬਾਹਰ ਆਉਂਦੀਆਂ ਵੇਖੀਆਂ? ਤੇਰਾ ਇੰਨਾ ਜ਼ੇਰਾ? ਜ਼ੇਰਾ ਵੇਖਣਾ ਹੈ ਤਾਂ ਹੱਥ ਰੱਖ ਹੇਠਾਂ, ਆ ਪਿਆ ਹੈ। ਚਰਨ ਨੇ ਨਿਧੜਕ ਹੱਥ ਦੀ ਤਲੀ ਡੈਸਕ 'ਤੇ ਪਾ ਦਿੱਤੀ। ਪਾਲ ਨੇ ਚਾਕੂ ਉਗਰ ਕੇ ਚਰਨ ਨੂੰ ਡਰਾਇਆ, ਪਰ ਚਰਨ ਉਸ ਵੱਲ ਦੇਖ ਕੇ ਮੁਸਕਾ ਪਿਆ। ਪਾਲ ਨੇ ਦੂਜੀ ਵਾਰ ਚਾਕੂ ਸਿਰ ਤੋਂ ਉੱਚਾ ਚੁੱਕ ਕੇ ਜ਼ੋਰ ਦੀ ਲਿਆਂਦਾ। ਉਸਦਾ ਖਿਆਲ ਸੀ ਚਰਨ ਹੱਥ ਹੇਠਾਂ ਨਹੀਂ ਰੱਖੇਗਾ, ਪਰ ਚਰਨ ਨੇ ਹੱਥ ਨਾ ਖਿੱਚਿਆ। ਚਾਕੂ ਦੀ ਨੋਕ ਪਾਲ ਦੇ ਰੋਕਦਿਆਂ ਰੋਕਦਿਆਂ ਵੀ ਖੱਬੇ ਹੱਥ ਵਿੱਚ ਬਹਿ ਗਈ ਅਤੇ ਲਹੂ ਵਗ ਨਿਕਲਿਆ। ਚਰਨ ਨੂੰ ਵੀ ਯਾਰੀ ਦੇ ਜ਼ੋਰ ਭਰੋਸਾ ਸੀ ਕਿ ਪਾਲ ਚਾਕੂ ਮਾਰ ਨਹੀਂ ਸਕੇਗਾ, ਪਰ ਉਸਦੇ ਹੱਥ ਦੀ ਪਿੱਠ 'ਤੇ ਅੱਧਾ ਇੰਚ ਜ਼ਖਮ ਹੋ ਚੁੱਕਾ ਸੀ। ਪਾਲ ਨੇ ਹਰਫਲਦਿਆਂ ਆਪਣੇ ਰੁਮਾਲ ਨਾਲ ਹੱਥ ਘੁੱਟ ਕੇ ਬੰਨ ਦਿੱਤਾ। ਪੀੜ ਬਹੁਤੀ ਤਾਂ ਨਹੀਂ ਹੁੰਦੀ? ਪਾਲ ਨੇ ਸੁੱਕੇ ਮੂੰਹ ਨਾਲ ਪੁੱਛਿਆ। ਨਹੀਂ, ਇੰਨੀ ਬਹੁਤੀ ਨਹੀਂ, ਮਾਮੂਲੀ ਹੈ। ਚਰਨ ਦਾ ਅੰਦਰ ਪੀੜ ਨਾਲ ਇੱਕ ਵਾਰ ਹੀ ਲਰਜ਼ਾ ਖਾ ਗਿਆ। ਜ਼ਖਮ ਭਾਵੇਂ ਘੁੱਟ ਕੇ ਬੰਨਿਆ ਹੋਇਆ ਸੀ, ਪਰ ਸਾਰੇ ਸਕੂਲ ਟਾਈਮ ਵਿੱਚ ਲਹੂ ਸਿੰਮਦਾ ਰਿਹਾ। ਸਕੂਲੋਂ ਛੁੱਟੀ ਪਿੱਛੋਂ ਉਹ ਆਪਣੇ ਪਿੰਡ ਵੀਲੇ ਨੂੰ ਜਾਣ ਦੀ ਥਾਂ ਜੋਧਪੁਰ ਦੇ ਸਕੂਲ ਡਾਕਟਰ ਤੋਂ ਪੱਟੀ ਕਰਵਾਉਣ ਲਈ ਤੁਰ ਪਿਆ। ਕਿਤਾਬਾਂ ਕੱਛ ਵਿੱਚ ਦੇਈ ਅਤੇ ਉਂਦੀ ਪਾਈ ਉਹ ਸਾਰੇ ਮੁੰਡਿਆਂ ਦੇ ਪਿੱਛੇ ਪਿੱਛੇ ਜਾ ਰਿਹਾ ਸੀ। ਜ਼ਖਮ ਵਾਲਾ ਹੱਥ ਉਸਦੇ ਦੂਜੇ ਹੱਥ ਵਿੱਚ ਘੁੱਟਿਆ ਹੋਇਆ ਸੀ। ਜਦੋਂ ਉਸਨੂੰ ਚੀਸ ਪੈਂਦੀ, ਹੇਠਲਾ ਬੁੱਲ ਦੰਦਾਂ ਵਿੱਚ ਨੱਪ ਲੈਂਦਾ। ਫਿਰ ਉਹ ਮਿੰਨੀ ਚੇਤਾਵਨੀ ਵਿੱਚ ਹੱਸਦਾ ਕਿ ਜਗੀਰਦਾਰ ਯਾਰ ਦੀ ਯਾਰੀ ਦਾ ਸਵਾਦ ਹੈ। ਥੋੜ੍ਹੇ ਸਮੇਂ ਪਿੱਛੋਂ ਉਹ ਪੈਨਸ਼ਨ ਆਏ ਡਾਕਟਰ ਦੀ ਡਿਸਪੈਂਸਰੀ ਅੱਗੇ ਆ ਗਿਆ। ਨਵੀਂ ਬਿਲਡਿੰਗ ਦੱਸਦੀ ਸੀ ਕਿ ਪੈਨਸ਼ਨ ਆਏ ਡਾਕਟਰ ਨੂੰ ਬਹੁਤ ਸਮਾਂ ਨਹੀਂ ਹੋਇਆ। ਡਿਸਪੈਂਸਰੀ ਬਾਕੀ ਘਰ ਨਾਲੋਂ ਨਵੇਕਲੀ ਬੈਠਕ ਵਾਂਗ ਇੱਕ ਪਾਸੇ ਬਣੀ ਹੋਈ ਸੀ। ਨਵਾਂ ਘਰ ਨਿਆਈ ਦੀ ਸਾਫ਼ ਸੁਥਰੀ ਥਾਂ ਅਤੇ ਖੁੱਲ੍ਹੀ ਹਵਾ ਵਿੱਚ ਬੰਗਲਾ ਜਾਪਦਾ ਸੀ। ਸਾਹਮਣੇ ਬਰਸੀਮ ਦੀ ਹਰਿਆਵਲ ਲੱਛਾਂ ਮਾਰ ਰਹੀ ਸੀ ਅਤੇ ਖੂਹ ਦੇ ਨਾਲ ਮੂੰਗਰੇ ਦੇ ਚਿੱਟੇ ਫੁੱਲ ਬੇਪਰਵਾਹ ਹੱਸ ਰਹੇ ਸਨ। ਡਿਸਪੈਂਸਰੀ ਦਾ ਬਾਰ ਬੰਦ ਦੇਖ ਕੇ ਚਰਨ ਨੇ ਸਮਝਿਆ ਡਾਕਟਰ ਘਰ ਵਿੱਚ ਹੋਵੇਗਾ। ਉਸ ਆਵਾਜ਼ ਮਾਰੀ, ਡਾਕਟਰ ਜੀ। ਇੱਕ ਮਿੰਟ, ਕੋਈ ਜਵਾਬ ਨਾ ਆਇਆ। ਉਸ ਬੈਠਕ ਦਾ ਕੁੰਡਾ ਖੜਕਾਉਂਦਿਆਂ ਪਹਿਲਾਂ ਨਾਲੋਂ ਥੋੜ੍ਹਾ ਉੱਚੀ ਆਖਿਆ, ਡਾਕਟਰ ਜੀ। ਫਿਰ ਚੁੱਪ ਚਾਂ ਸੀ। ਉਹ ਥੋੜ੍ਹਾ ਉਦਾਸ ਹੋ ਗਿਆ। ਉਸ ਮਨ ਵਿੱਚ ਕਿਹਾ, ਸ਼ਾਇਦ ਵਾਂਡੇ ਗਿਆ ਹੋਵੇ, ਆਖਰੀ ਆਵਾਜ਼ ਮਾਰਦਾ ਹਾਂ, ਜੇ ਨਾ ਆਇਆ ਤਾਂ ਮੁੜ ਚੱਲਾਂਗਾ। ਉਸ ਤਖਤਿਆਂ ਵਿੱਚ ਧੱਪੇ ਮਾਰਦਿਆਂ ਹੋਰ ਉੱਚੀ ਪੁਕਾਰਿਆ, ਡਾਕਟਰ ਜੀ।
ਉਹ ਜੀ ਪਿਆਣਾ ਮੁੜਨ ਹੀ ਲੱਗਾ ਸੀ ਕਿ ਬੈਠਕ ਵਿੱਚ ਕਿਸੇ ਦੇ ਤੁਰਨ ਦੀ ਆਵਾਜ਼ ਆਈ। ਚਰਨ ਦੇ ਚਿਹਰੇ 'ਤੇ ਥੋੜ੍ਹੀ ਰੌਣਕ ਆ ਗਈ। ਬਾਹਰ ਖੁੱਲ੍ਹਿਆ ਤਾਂ ਡਾਕਟਰ ਦੀ ਥਾਂ ਇੱਕ ਨੌਜਵਾਨ ਕੁੜੀ ਸ਼ਹਿਰੀ ਕੱਪੜਿਆਂ ਵਿੱਚ ਨਿਖਰੀ ਖਲੋਤੀ ਸੀ। ਉਸਨੂੰ ਯਾਦ ਆਇਆ ਪਿਛਲੀ ਪੂਰਨਮਾਸ਼ੀ 'ਤੇ ਇਸ ਕੁੜੀ ਨੇ ਕਵਿਤਾ ਪੜ੍ਹੀ ਸੀ ਅਤੇ ਵਿਚਕਾਰ ਹੀ ਗਲਾ ਬਹਿ ਗਿਆ ਸੀ। ਵਿਚਾਰੀ ਮਾਸੂਮ ਲਗਰ ਵਾਂਗ ਕੰਬਣ ਲੱਗ ਪਈ ਸੀ। ਅਸਲ ਵਿੱਚ ਉਸਦੇ ਆਪਣੇ ਅੰਦਰ ਕੁੜੀ ਨੂੰ ਅਚਾਨਕ ਵੇਖ ਕੇ ਲਰਜ਼ਾ ਆ ਗਿਆ ਸੀ। ਕੁੜੀ ਚਰਨ ਨੂੰ ਵੇਖ ਕੇ ਖੁਸ਼ ਹੁਣੋ ਨਾ ਰਹਿ ਸਕੀ, ਪਰ ਚਰਨ ਨੇ ਆਪਣੀ ਕਮਜ਼ੋਰੀ ਲੁਕਾਉਣ ਲਈ ਝੱਟ ਹੀ ਨੀਵੀਂ ਪਾ ਲਈ। ਕੁੜੀ ਨੇ ਆਪਾ ਸੰਭਾਲਦੇ ਕਿਹਾ, ਆਓ ਕੀ ਗੱਲ ਹੈ ਡਾਕਟਰ ਸਾਹਿਬ? ਉਸ ਪਲਕ ਮਾਤਰ ਅੱਖਾਂ ਚੁੱਕਦਿਆਂ ਪੁੱਛਿਆ। ਉਹ ਤਾਂ ਵੀਲੇ ਨੂੰ ਜਗੀਰਦਾਰਾਂ ਦੇ ਗਏ ਹੈ। ਅੱਛਾ, ਚਰਨ ਨੇ ਢਿੱਲਾ ਜਿਹਾ ਪੈ ਕੇ ਤੁਰਨ ਲਈ ਕਦਮ ਪੁੱਟਿਆ, ਪਰ ਕੁੜੀ ਨੇ ਫਿਰ ਪੁੱਛ ਲਿਆ, ਤੁਸੀਂ ਕਿਵੇਂ ਆਏ ਸੀ? ਅੱਜ ਮੇਰੇ ਹੱਥ 'ਤੇ ਜ਼ਖਮ ਹੈ, ਪੱਟੀ ਕਰਵਾਉਣ ਆਇਆ ਸੀ। ਚਰਨ ਨੇ ਹੱਥ ਸਿੱਧਾ ਕਰਕੇ ਫਿਰ ਮੋੜ ਲਿਆ। ਲਿਆਓ, ਮੈਂ ਕਰ ਦਿੰਦੀ ਹਾਂ।